स्वागत है किसान वीरो तुहाडा यूट्यूब चैनल सिद्ध कडेरी फार्मिंग दे विच। किसान वीरो अज जिहड़ी वीडियो बना रहे हैं पिंड कोटली संघर तहसील ते जिला इहनूं श्री मुक्तसर साहिब ही पैंदा। दोस्तों इस पिंड दे विच बाई जी होरां कोल शौक नाल पशु रखे है, गिनती भावें घट आ पशुआं दी पर पशु जिन्ने भी आ चंगी सांभ संभाल नाल ते चंगी क्वालिटी नाल रखे हुए है। गां जरसी जिहड़ी दोस्तों उह वी चंगे दुध वाली है, तुसीं देख रहे हैं। बाकी एक झोटी जिहड़ी दोस्तों इन्हां ने सांभी है, ये एक्सट्रा ऑर्डनरी है ब्यूटी पक्ष तों वी, ते इहदी जिहड़ी शरीरक बनतर आ दोस्तों उह तुसीं देख सकदे आ। बाकी चंगे दुध दे रिकॉर्ड वाली मझ दी इह धी आ, ते अगों इहदा जिहड़ा बाप है झोटा जिहड़ा उह वी चंगा। ਇਹ ਦੋਸਤੋ ਫੋਰ ਸੇਲ ਆ, ਵਿਕਾਊ ਆ। ਡਿਟੇਲ ਸਾਰੀ ਬਾਈ ਜੀ ਹੋਰਾਂ ਤੋਂ ਪੁੱਛਾਂਗੇ। ਵੀਡੀਓ ਨੂੰ ਸ਼ੁਰੂ ਕਰੀਏ ਉਹਦੇ ਤੋਂ ਪਹਿਲਾਂ ਬੇਨਤੀ ਹੈ, ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਘੰਟੀ ਦਾ ਬਟਨ ਵੀ ਪ੍ਰੈਸ ਕਰ ਦਿਓ ਜੀ। ਆਓ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ ਜੀ ਆਪਣਾ ਕੀ? ਮਹਿੰਦਰ ਸਿੰਘ ਧਾਲੀਵਾਲ ਜੀ। ਮਹਿੰਦਰ ਸਿੰਘ, ਅਤੇ ਪਸ਼ੂ ਪੁਰਾਣੇ ਹੀ ਰੱਖਦੇ ਹੋ? ਪੁਰਾਣੇ ਜੀ। ਪਸ਼ੂ ਚੰਗੇ ਹੀ ਰੱਖਦੇ ਹੋ ਪਹਿਲਾਂ ਤੋਂ? ਹਾਂ ਚੰਗੇ, ਅਸੀਂ ਮੇਲਿਆਂ ਤੇ ਹੀ ਪਸ਼ੂ ਲਾਉਂਦੇ ਰਹੇ ਹਾਂ ਜੀ। ਇਹ ਵੀ ਮੇਲੇ ਵਾਸਤੇ ਰੱਖੀ ਸੀ ਜੀ। ਠੀਕ ਹੈ। ਮੇਲਿਆਂ 'ਚ ਕੀ ਲੱਗੇ ਨੀ ਜੀ, ਇਸ ਕਰਕੇ ਫਿਰ ਸਾਨੂੰ ਥੋੜੀ ਦੁੱਧ ਦੀ ਲੋੜ ਸੀ। ਅੱਛਾ। ਤੇ ਅਸੀਂ ਤਾਂ ਸੇਲ ਕੀਤੀ, ਅਸੀਂ ਮੱਝ ਲੈਣੀ ਹੈ। ਠੀਕ ਹੈ। ਯਾਨੀ ਮੇਲੇ ਤੁਹਾਨੂੰ ਲੱਗਦਾ ਵੀ ਅੱਜ ਕਿ ਮੁਸ਼ਕਲ ਆ ਲੱਗਣੀ? ਮੁਸ਼ਕਲ ਆ ਜੀ ਮੇਲੇ। ਠੀਕ ਹੈ। ਤੇ ਇਹਦੀ ਇੱਕ ਤਾਂ ਉਮਰ ਦੱਸੋ ਜੀ ਪਹਿਲਾਂ। ਇਹਦੀ ਉਮਰ ਜੀ 1 ਸਾਲ ਤੇ 7 ਮਹੀਨੇ ਆ ਜੀ। ਮਤਲਬ 19 ਮਹੀਨਿਆਂ ਦੀ ਉਮਰ ਹੈ? ਹਾਂਜੀ 19 ਮਹੀਨੇ ਦੀ ਉਮਰ। ਠੀਕ ਹੈ। ਤੇ ਅੱਗੇ ਇਹ ਗੱਭਣ ਤਾਂ ਨੀ ਹੋਈ? ਨਹੀਂ ਜੀ ਗੱਭਣ ਨੀ ਹਜੇ ਹੋਈ, ਉਮਰ ਬਿਲਕੁਲ ਛੋਟੀ ਆ, ਹੁਣ ਇਹ 12 ਵਿਖਾ ਰਹੀ ਆ ਜੀ। ਠੀਕ ਹੈ। 1-2 ਦਿਨ ਹੋ ਗਏ, ਹੁਣ ਹੀਟ ਚ ਆਊਗੀ ਜੀ। ਠੀਕ ਹੈ। ਤੇ ਇਹਦੀ ਮਾਂ ਦਾ ਦੁੱਧ ਦਾ ਕੀ ਰਿਕਾਰਡ ਸੀ? ਇਹਦੀ ਮਾਂ 19 ਲੀਟਰ ਸੀ ਜੀ। 19 ਲੀਟਰ ਦੁੱਧ ਸੀਗਾ। ਕਿਤੇ ਉਹਦੀ ਚਵਾਈ ਵਗੈਰਾ ਕਰਾਈ ਸੀ? ਕੋਈ ਸਰਟੀਫਿਕੇਟ ਲਿਆ ਹੋਵੇ, ਬਣਾਇਆ ਹੋਵੇ? ਹਾਂ ਪਿਆ ਸਾਡੇ ਘਰੇ। ਮਤਲਬ ਚਵਾਈ ਕਰਾਈ ਵੀ? ਕਰਵਾਈ ਆ ਜੀ। ਠੀਕ ਹੈ। ਤੇ ਇਹਦਾ ਪਿਓ ਇਸ ਝੋਟੀ ਦਾ? ਇਹਦਾ ਪਿਓ ਹੀਰਾ ਜੀ, ਲਕਸ਼ਮੀ ਮੱਝ ਦਾ ਬੱਚਾ ਜਿਹੜਾ ਹਰਿਆਣੇ ਦੇ ਵਿੱਚ। ਇਹਦੀ ਹੀਰੇ ਦੀ ਨਿਸ਼ਾਨੀ ਵੀ ਹੈ ਜੀ, ਇੱਕ ਇਹਦੇ ਜਿਹੜੇ ਜੋੜ ਦੇ ਦੰਦ ਜਿੱਥੋਂ ਕੱਢੂਗੀ ਜੀ, ਉੱਥੇ ਕਾਲੇ ਤਿਲ ਦਾ ਨਿਸ਼ਾਨ ਹੈ ਜੀ, ਇਹਦੇ ਬਿਲਕੁਲ ਨਿਸ਼ਾਨ ਹੈਗਾ ਜੀ। ਠੀਕ ਹੈ। ਸਬੂਤ ਤਾਂ ਵੇਖ ਸਕਦੇ ਆ ਜੀ। ਠੀਕ ਹੈ। ਤੇ ਦੰਦ ਹਜੇ ਸਿੱਟਿਆ ਤਾਂ ਨਹੀਂ? ਨਾ ਜੀ, ਦੁੱਧ ਵਾਲੇ ਦੰਦ ਆ ਜੀ। ਠੀਕ ਹੈ। ਤੇ ਇਹਦਾ ਰੇਟ ਕੀ ਕਰਦੇ ਆ? ਇਹਦਾ ਰੇਟ ਅਸੀਂ 90,000 ਕਰਦੇ ਹਾਂ ਜੀ। 90,000 ਕਰਦੇ ਹਾਂ ਜੀ। ਠੀਕ ਹੈ। ਤੇ ਰੇਟ ਜਿਹੜਾ ਇਹਦੇ ਚੋਂ ਮੌਕੇ ਤੇ ਥੋੜਾ ਬਹੁਤ ਮਾਨ ਤਾਨ ਕਰਦੇ ਆ ਜੀ? ਨਹੀਂ, ਆਵਾਜ਼ ਵੀ ਕਰਦੇ ਹਾਂ ਜੀ ਅਸੀਂ। ਇਹਦਾ ਰੇਟ ਸਾਨੂੰ ਇਹਦਾ ਖਰਚਾ ਬਹੁਤ ਪੈ ਗਿਆ ਜੀ, ਇਹ ਘੱਟ ਤੋਂ ਘੱਟ 40,000 ਦਾ ਤਾਂ ਦੁੱਧ ਹੀ ਪੀ ਚੁੱਕੀ ਹੈ ਜੀ, ਉਹਦੇ ਲਈ ਖਰਚਾ ਹੀ ਵੱਖਰੇ ਆ ਜੀ। ਬਿਲਕੁਲ ਬਾਈ, ਚੰਗੀ ਸੰਭਾਲਣੀ ਆ ਤਾਂ ਉਹਦੇ ਲਈ ਖਰਚਾ ਪੈਂਦਾ। ਦੋਸਤੋ ਝੋਟੀ ਵਾਕਈ ਬਹੁਤ ਜ਼ਿਆਦਾ ਸੋਹਣੀ ਹੈ। ਸਿੰਘ ਤੁਸੀਂ ਦੇਖ ਸਕਦੇ ਆ, ਛੋਟੀ ਉਮਰ 'ਚ ਝੋਟੀ ਆ, ਖੀਰੀ ਹੈ ਮੂੰਹ ਮੱਥਾ। ਦੋਸਤੋ ਮੇਲਿਆਂ 'ਚ ਜਾਣ ਵਾਲਾ ਝੋਟੀ ਦਾ ਹੈਗਾ, ਕੱਦ ਕਾਠ ਵੀ ਬਹੁਤ ਚੰਗਾ, ਵੇਲ ਬਹੁਤ ਜ਼ਿਆਦਾ ਹੈ। ਬਾਕੀ ਜੈੱਡ ਬਲੈਕ ਪੂਛ ਆ ਦੋਸਤੋ, ਕੋਈ ਵਾਲ ਵਾਈਟ ਹੈ ਨੀ ਗਾ, ਪੂਰੇ ਇਹਦੇ ਸਰੀਰ ਦੇ ਉੱਤੇ ਵਾਲ ਵਾਈਟ ਹੈ ਨੀ ਗਾ। ਦੋਸਤੋ ਚੰਗਾ ਸ਼ਕੀਨ ਵੀਰ ਜ਼ਰੂਰ ਇਹਨੂੰ ਖਰੀਦ ਸਕਦਾ। ਬਾਕੀ ਜਿਹੜਾ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਇਹਨੂੰ ਸੰਭਾਲਣ 'ਤੇ ਖਰਚਾ ਬਾਈ ਜੀ ਹੋਰਾਂ ਦਾ ਬਹੁਤ ਆਇਆ ਹੋਊਗਾ, ਕਿਉਂਕਿ 1.5 ਸਾਲ ਦੀ ਉਮਰ ਦੇ ਵਿੱਚ ਏਡੀ ਝੋਟੀ ਤਿਆਰ ਕਰਨੀ ਸੌਖੀ ਨਹੀਂ ਗੀ ਹੈਗੀ। ਬਾਕੀ ਦੋਸਤੋ ਬਰੀਡ ਜਿਹੜੀ ਆ ਉਹ 1 ਨੰਬਰ 'ਚ ਆ, ਜਿੰਨੀ ਕੁ ਮੇਰੀ ਸਮਝ ਆ ਜਾਂ ਬਰੀਡ ਬਾਰੇ ਮੈਨੂੰ ਪਤਾ, ਉਸ ਹਿਸਾਬ 'ਤੇ ਦੋਸਤੋ ਇਹ ਪਿਓਰ ਮੂਹਰਾ ਨਸਲ ਹੈ। ਕੁੜਿਆਂ ਦੀ ਬਣਤਰ ਤੁਸੀਂ ਦੇਖ ਸਕਦੇ ਆ। ਬਾਕੀ ਥਣ ਦੋਸਤੋ ਜਦੋਂ ਇਹਦੇ ਨੇੜੇ ਜਾਵਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ, ਕੋਸ਼ਿਸ਼ ਹੈਗੀ ਆ ਤੁਹਾਨੂੰ ਥਣ ਵੀ ਦਿਖਾ ਦਿੰਦੇ ਹਾਂ। ਦੋਸਤੋ ਕੋਸ਼ਿਸ਼ ਆ ਤੁਹਾਨੂੰ ਇਹਦੇ ਥਣ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਦੇਖ ਸਕਦੇ ਆ ਥਣ। ਦੋਸਤੋ ਚਿੱਚੜ ਬਾਈ ਜੀ ਹੋਰੀ ਦੱਸਦੇ ਆ ਵੀ ਜ਼ਿਆਦਾ ਲੱਗੇ ਰਹੇ ਆ ਇਹਦੇ। ਬਾਕੀ ਤੁਸੀਂ ਥਣਾਂ ਦੇ ਵਿੱਚ ਬਿੱਥੀ ਦੋਸਤੋ ਦੇਖ ਸਕਦੇ ਆ। ਸੋ ਇਹ ਚੰਗੀ ਸੰਭੀ ਹੋਈ ਝੋਟੀ ਆ ਦੋਸਤੋ। ਬਾਕੀ ਜਿਹਨੇ ਵੀ ਵੀਰ ਨੇ ਖਰੀਦਣੀ ਹੈ ਉਹਨੇ ਤਸੱਲੀ ਨਿਰਖ ਪਰ ਖਾਪ ਕਰਨੀ ਹੈ, ਕਿਉਂਕਿ ਤੁਸੀਂ ਪੈਸੇ ਲਾਉਣੇ ਆ ਦੋਸਤੋ। ਮੇਰਾ ਕੰਮ ਆ ਤੁਹਾਨੂੰ ਪਸ਼ੂ ਦਿਖਾਉਣਾ, ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਮੈਂ ਹਰੇਕ ਪੱਖ ਤੋਂ ਦਿਖਾ ਦਿੰਦਾ ਹੁੰਦਾ। ਬਾਕੀ ਖਰੀਦ ਕਰਨ ਲਈ ਜ਼ਰੂਰੀ ਆ ਦੋਸਤੋ, ਆ ਕੇ ਦੇਖੋ ਫਿਰ ਸੌਦਾ ਕਰੋ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਝੋਟੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ।